ਅੱਗੇ ਬਾਪ ਘਰ ਆਉਣਾ, ਧੀਆਂ ਸਿਰ ਕੱਜਣੇ, ਦੁਪੱਟੇ ਲੈਣੇ। ਹੁਣ ਬਾਪ ਨਾਲ ਬਹਿ ਕੇ ਨਾਲੇ ਟੀ ਵੀ ਵੇਖਦਾ, ਨਾਲੇ ਸਿਗਰਟ ਪੀਂਦਾ। ਐਦਰਾ ਚੈਨਲ ਬਦਲੀ, ਐਦਰਾ ਚੈਨਲ ਬਦਲੀ। ਬੀਬੀਆਂ ਧੀਆਂ ਨੂੰ ਕੋਲ ਬਹਿ ਕੇ ਸਵੈਟਰ ਬੁਣਨ ਦੀ ਜਾਇਜ਼ ਨਾਲੇ ਉਨੇ ਸਿਖਾਉਣੇ। ਹੁਣ ਮਾਵਾਂ ਕੋਲ ਬਹਿ ਕੇ ਫੇਸਬੁੱਕ ਚਲਾਉਂਦੀਆਂ, ਨਾਲ ਧੀਆਂ ਚਲਾਉਂਦੀਆਂ, ਨਾਲ ਪੁੱਤਰ ਚਲਾਉਂਦੇ ਨੇ। ਉਹਨਾਂ ਚ ਨੂੰ ਭਾਵੇਂ ਦੁੱਧ ਉਬਲ ਜਾਵੇ, ਉਹ ਮਨਜ਼ੂਰ ਹੈ, ਪਰ ਖਲੋਈ ਖਲੋਈ ਜਰਾ ਮੈਂ ਮੈਸੇਜ ਪੜ੍ਹ ਲਵਾਂ ਜਰਾ। ਹੁੰਦੀ ਲੜਕੀ ਹੁੰਦੀ ਤੇ ਕਹਿੰਦੀ, ਐਕਸਕਿਊਜ਼ ਮੀ, ਆਪਕਾ ਨਾਮ ਕਿਆ, ਆਪਕੇ ਪਾਪਾ ਕਾ ਨਾਮ ਕਿਆ, ਆਪਕੀ ਸਿਮ ਕੌਨ ਸੀ ਹੈ, ਕੌਨ ਸਾ ਨੈਟ ਯੂਜ਼ ਕਰਤੇ ਹੈ, ਕਹਾਂ ਰਹਤੇ ਹੈ, ਆਪਕੀ ਆਈਡੀ ਕਾ ਕਿਆ ਹੈ, ਮਸਲਾ ਕਿਧਰ ਰਹਤੇ ਹੈ, ਮੈਨੇ ਆਪਕੋ ਕਹੀ ਦੇਖਾ, ਕਿਧਰ ਮਿਲੇਂਗੇ, ਜ਼ਫਰਵਾਲ ਕੇ ਚੌਕ ਮੇ ਜੋ ਸ਼ੈਲ ਕਾ ਪੰਪ ਹੈ ਨਾ, ਤੁਮ ਇਧਰ। ਅੰਨਾ ਮੰਡੇ ਸ਼੍ਰੀਨੀਆਂ ਪੌਪੋ ਆਪਣਿਆਂ ਨੂੰ, ਜਿਹਨੂੰ ਪੁੱਛੋ ਮੈਂ ਜੰਤੀ, ਜਿਹਨੂੰ ਪੁੱਛੋ ਮੈਂ ਮੁਸਲਮਾਨ, ਜਿਹਨੂੰ ਪੁੱਛੋ ਮੈਂ ਦੀਨ ਦਾ ਠੇਕੇਦਾਰ, ਤੇ ਜਦੋਂ ਕੋਈ ਕੁੜਮ ਘਰ ਚ ਆ ਜਾਣ, ਅੱਬਲ ਤੇ ਮਕਲਾਵੇ ਤੇ ਕੰਮ ਮੁੱਕ ਜਾਂਦਾ, ਬਸ ਕੁੜੀ ਮੁੰਡਾ ਹੀ ਆਇਆ ਕਰੇ। ਕਿਉਂ ਹੁਣ ਤੇ ਭਾਈ ਇੱਥੋਂ ਜੁਮਾ ਪੜ੍ਹ ਕੇ ਨਿਕਲੀਏ ਨਾ, ਜੁਮਾ ਪੜ੍ਹ ਕੇ ਨਿਕਲੀਏ, ਇੱਥੋਂ ਤੇ ਬਾਜ਼ਾਰ ਦਾ ਨੋਟ ਪਿਆ ਹੋਵੇ ਨਾ, ਉੱਤੇ ਪੈਰ ਰੱਖ ਲੈਂਦੇ, ਤੈਨੂੰ ਕੀ ਹੋਇਆ, ਮੇਰਾ ਪੈਰ ਸੌਂ ਗਿਆ, ਇਹ ਨਹੀਂ ਪਤਾ ਇਮਾਨ ਸੌਂ ਗਿਆ, ਤੇ ਮੁੰਡੇ ਦੀ ਮੰਗਣੀ ਹੋ ਜਾਣੀ ਗਲੀ ਚ, ਤੇ ਉਹਨੇ ਉਹ ਗਲੀ ਨਾ ਲੰਘਣਾ ਕਿ ਮੇਰੀ ਮੰਗੇਤਰ ਦੀ ਮੰਗਣੀ, ਇੱਥੇ ਮੇਰੀ ਮੰਗੇਤਰ ਹੈ ਤੇ ਮੈਂ ਨਹੀਂ ਲੰਘਣਾ। ਤੇ ਹੁਣ ਜਿੰਨਾ ਚਿਰ ਬੈਟਰੀ ਮੁੱਕਣੀ ਨਹੀਂ, ਜਾਨ ਛੁੱਟਣੀ ਨਹੀਂ, ਹੁਣ ਤੇ ਅਗਲਿਆ ਪਾਵਰ ਬੈਂਕ ਰੱਖ ਲੈ, ਵੇਲਾ ਤੇਰੀ ਖੋਤਾ ਕਟਿੰਗ ਕਟਿੰਗ ਸਹੀ ਕਰ ਲਾ, ਤੇ ਹੁਣ ਬੋਲਣਾ ਹੀ ਮਿਲ ਕੇ ਅੱਲਾ ਜਾਂਦਾ, ਮੁੰਡਿਆਂ ਦੀ ਕਟਿੰਗ ਵੇਖੋ, ਵੀਰਾ ਮਾਂ ਪਿਓ ਵੀ ਵੇਖ, ਓਏ ਉੱਧਰ ਕੀ ਵੇਖਣਾ, ਤੂੰ ਇੱਧਰ ਵੇਖ ਕਰ, ਓ ਪੁੱਤਰ ਇੱਧਰ ਮੱਖਣ, ਵਾਟ ਯੂਅਰ ਪ੍ਰੋਬਲਮ, ਕੋਈ ਪ੍ਰੋਬਲਮ ਹੈ? ਪਰ ਆਪ ਨੇ ਕਰਤੀ ਆਪਣੇ ਹਸਬੈਂਡ ਕੋ ਕਭੀ ਫੋਨ ਕਰਤੀ ਹੂੰ ਨਾ, ਤੋ ਫਿਰ ਵੋ ਉਠਾਤੇ ਆਪਕਾ ਫੋਨ? ਮੈਨੇ ਯੇ ਤੋ ਨਹੀਂ ਕਹਾ ਕੇ ਵੋ ਉਠਾਤੇ ਹੈ, ਮੈਨੇ ਕਹਾ ਮੈਂ ਕਰਤੀ ਹੂੰ। ਕਭੀ ਨਹੀਂ ਉਠਾਤੇ? ਆ ਕਿਆ ਮੈਂ ਪੁੱਛ ਸਕਤਾ ਹੂੰ ਇਹ ਸਭ ਕਿਆ ਹੋ ਰਹਾ ਹੈ? ਨਹੀਂ। ਅੱਛਾ ਅੱਛਾ ਪੁੱਛ। What the hell are you up to now? ਹਮੇ ਇਸ ਬੈਡ ਕੀ ਕੋਈ ਜ਼ਰੂਰਤ ਨਹੀਂ ਹੈ। ਅਰੇ ਇਹ ਤੇਰੇ ਸੋਨੇ ਕੇ ਲਈ ਨਹੀਂ ਰੇ ਮਾਮੂ। ਜਦੋਂ 16 ਸਾਲ ਦੀ ਵਿਆਹ ਕੇ ਆਈ ਸੀ, ਉਦੋਂ ਤਾਂ ਬੜਾ ਗੋਡੇ ਨਾਲ ਗੋਡਾ ਜੋੜ ਕੇ ਬੈਠਦਾ ਸੀ, ਉਦੋਂ ਕਹਿੰਦਾ ਨਿਕਲ ਜਾ ਤੇ ਤੈਨੂੰ ਨਿਕਲ ਕੇ ਦਿਖਾਉਂਦੀ, ਹੁਣ ਕਹਿੰਦਾ ਨਿਕਲ ਜਾ, ਹਾਏ ਹਾਏ ਹਾਏ, ਹੁਣ ਕਹਿੰਦਾ ਨਿਕਲ। ਅਬੇ 10 ਰੁਪਏ ਲੈ, ਇਸਕੇ ਮੂੰਹ ਪੇ ਬਾਤ ਕਰ, ਕਿਉਂ ਬੇ ਫਾਵੜੇ ਜੈਸੇ ਮੂੰਹ ਵਾਲੇ, ਇਹ ਖੁਦਾਈ ਵਾਲੀ ਬਾਤ ਕਰਨੀ ਜ਼ਰੂਰੀ ਤੇਰੀ? मुझे ना सब स्कूल में मोटू बुलाते हैं, ट्यूशन में भी मोटू बुलाते हैं, प्ले ग्राउंड में भी मोटू बुलाते हैं, सिर्फ ये मुझे नहीं खिलवाती है, ये मेरी बेस्ट फ्रेंड है। भाई एडी सोनी तो तू ऐनक लाई, ये ऐनक नजर दी है, नजर साला लगता मेरी अपनी है। अच्छा सलामत, मेरी कड़ी चोरी हो गई है। क्या कह रहे हो? कड़ी चोरी हो गई है। क्या कीमत थी उस घड़ी की? बड़ी कीमती थी। क्या कीमत थी उसकी? 3000 दिनार। मैनू लम्या पा के लित्र मारो। ओ क्यों?